ਕਿਉਂ ਕਾਰਨ ਕੀ ਹੋਇਆ? ਕਿਉਂਕਿ ਕਿਸਾਨਾਂ ਵੱਲੋਂ ਇੱਕ ਧੂੰਆਂ ਪਰਾਲੀ ਨੂੰ ਜਲਾਉਣ ਦਾ ਹੋਇਆ ਸੀਗਾ, ਉਸ ਤੋਂ ਬਾਅਦ ਇਹ ਹੋਇਆ ਸਾਰਾ ਕੁਛ? ਹਾਂਜੀ, ਇਹ ਕਿਸਾਨਾਂ ਨੂੰ ਇਹ ਸੀਗਾ ਵੀ ਧੂੰਏ ਨਾਲ ਉਹਨਾਂ ਨੂੰ ਪਿੱਛੇ ਹਟਣਗੇ ਵੀ ਅਸੀਂ ਦਿੱਲੀ ਵੱਲ ਕੂਚ ਕਰਾਂਗੇ, ਪਰ ਉਲਟੋ ਇਸਦੇ ਹੋਇਆ। ਉਹਨਾਂ ਨੇ ਖੇਤਾਂ ਵਿੱਚ ਦੀ ਆ ਕੇ ਕਿਸਾਨਾਂ ਦੀ ਫਾਇਰਿੰਗ ਕਰਨੀ, ਅਥਰੂ ਗੈਸ ਦੇ ਗੋਲੇ ਫਾਇਰ ਕਰੇ ਜਾਂ ਹੋਰ ਜਿਹੜੇ ਵੀ ਉਹਨਾਂ ਲਵੇ ਹਥਿਆਰ ਸੀ ਉਹਨਾਂ ਦੁਆਰਾ ਫਾਇਰ ਕੀਤੇ ਗਏ ਨੇ, ਤੇ ਉਹਦੇ ਵਿੱਚ ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ, ਬਹੁਤ ਕਿਸਾਨ ਜ਼ਖਮੀ ਹੋਏ ਨੇ। ਇਹ ਪਰਾਲੀ ਦੇ ਬਾਅਦ 'ਚ ਗੱਲ ਹੈ ਜੀ, ਪਹਿਲਾਂ ਤਾਂ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਛੱਡੇ ਨੇ, ਪਲਾਸਟਿਕ ਦੀਆਂ ਗੋਲੀਆਂ। ਇੱਕ ਮੁੰਡੇ 315 ਬੋਰ ਮਾਰੀ ਜੀ, ਇੱਥੇ ਮਾਰੀ ਸਰ 'ਚ ਜੀ, ਉੱਥੇ ਚੱਕ ਕੇ ਲੈ ਕੇ ਗਏ ਨੇ ਜੀ, ਆਹ ਦੇਖ ਲਓ ਜੀ। ਪਰ ਹੁਣ ਕਿਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਕੀਤਾ, ਕਿਉਂਕਿ ਇਹਨਾਂ ਕੋਲ ਤਾਂ ਹਥਿਆਰ ਹੈ, ਕਿਸਾਨਾਂ ਕੋਲ ਕੀ ਹੈ? ਅਸੀਂ ਤਾਂ ਸ਼ਾਂਤਮਈ ਅੰਦੋਲਨ 'ਚ ਬੈਠੇ ਜੀ, ਇਹ ਦੱਸਦੇ ਨੇ ਜੇ ਕਿਸੇ ਵੀ ਫੌਜੀ ਦਾ ਨੁਕਸਾਨ ਕੀਤਾ ਹੋਵੇ ਜਾਂ ਪਹਿਲਾਂ ਕਿਸੇ ਨਾਲ ਹੁੰਡੜ ਵਜੀ ਕੀਤੀ ਹੋਵੇ। ਪਰ ਜਿਹੜੀਆਂ ਹੁਣ ਪਰਾਲੀ ਦੀਆਂ ਗੱਠਾਂ ਇਕੱਠੀਆਂ ਕਰੀਆਂ ਜਾ ਰਹੀਆਂ, ਇਹ ਕਿਸ ਕਾਰਨ ਕਰਕੇ ਕੀਤੀ ਜਾ ਰਹੀ? ਇਹ ਤਾਂ ਜੋ ਅਥਰੂ ਗਏ ਛੱਡ ਰਹੇ ਨੇ ਜੀ, ਸ਼ਾਂਤਮਈ ਲੋਕਾਂ ਦੀ ਕਣਕ ਵਿੱਚ ਖੜਿਆਂ ਦੇ ਛੱਡ ਰਹੇ ਨੇ ਜੀ, ਹਵਾ ਇੱਧਰ ਹੀ ਹੁਣ ਇਹਨਾਂ ਦਾ ਆਪਦੇ ਬਚਾਓ ਵਾਸਤੇ, ਹਾਂ ਕਿਸਾਨਾਂ ਨੂੰ ਬਚਾਓ ਵਾਸਤੇ ਜੀ, ਹੋਰ ਕੋਈ ਇਹਨਾਂ ਕੋਲ ਸਾਧਨ ਨਹੀਂ ਜੀ। ਕੀ ਮਾਰਦੇ ਨੇ ਯਾਰ ਟਾਇਰ 'ਚ? ਦੇਖੋ ਕਿਸਾਨਾਂ ਦੀ ਨਵੀਂ ਰਣਨੀਤੀ, ਪਰਾਲੀ ਅਤੇ ਮਿਰਚਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਕਿ ਮੋਦੀ ਸਰਕਾਰ ਤੋਂ, ਹਰਿਆਣਾ ਸਰਕਾਰ ਤੋਂ ਬਦਲਾ ਲਿਆ ਜਾ ਸਕੇ।
ਨਾਮ ਹੈ ਵੀਰੇ ਤੁਹਾਡਾ? ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ ਕਿੱਥੋਂ ਆਏ ਹੋ ਤੁਸੀਂ ਹੁਣ? ਅਸੀਂ ਹੁਣ ਖਨੌਰੀ ਬਾਰਡਰ ਤੋਂ ਆਏ ਹਾਂ, ਜਮਾਂ ਤੁਰ ਤੱਕ ਦੀ ਅਸੀਂ ਉੱਥੇ ਖਨੌਰੀ ਬਾਰਡਰ 'ਤੇ ਮੌਜੂਦ ਰਹੇ। ਜੋ ਉੱਥੇ ਹਾਲਾਤ ਹੋਏ ਨੇ ਬਹੁਤ ਹੀ ਬੁਰੇ ਹਾਲਾਤ ਸੀ। ਉੱਥੇ ਬਹੁਤ ਹੀ ਜ਼ਿਆਦਾ ਫਾਇਰਿੰਗ, ਪੁਲਿਸ ਵੱਲੋਂ ਹਮਲੇ ਕੀਤੇ ਗਏ ਨੇ ਜੋ ਹੀ ਨਜਾਇਜ਼ ਹੀ ਨਿੰਦਾਜਨਕ ਨੇ। ਜਿਹੜੇ ਉੱਥੇ ਵਹੀਕਲ ਖੜੇ ਸੀਗੇ ਉਹਨਾਂ ਦੀ ਭੰਨ ਤੋੜ ਕਿੰਨਾ ਵੱਲੋਂ ਕੀਤੀ ਗਈ ਆ? ਉਹਨਾਂ ਦੀ ਪੁਲਿਸ ਵੱਲੋਂ ਭੰਨ ਤੋੜ ਕੀਤੀ ਗਈ ਹੈ। ਪੁਲਿਸ ਵੱਲੋਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਕਾਰਾਂ, ਟਰੱਕਾਂ, ਟਰੈਕਟਰ ਟਰਾਲੀਆਂ, ਪਾਣੀ ਦੀਆਂ ਟੈਂਕੀਆਂ ਦਾ ਨੁਕਸਾਨ ਕੀਤਾ ਗਿਆ ਹੈ। ਕਿਸਾਨ ਪਹਿਲਾਂ ਸਵੇਰੇ ਸ਼ਾਂਤਮਈ ਧਰਨੇ ਦਾ ਬੈਠੇ ਸੀਗੇ। ਉਹਨਾਂ ਨੇ ਕੋਈ ਆਪਣੇ ਕਿਸਾਨਾਂ ਕੋਲ ਕੋਈ ਵੀ ਹਥਿਆਰ ਨਹੀਂ ਸੀ, ਕੋਈ ਸਿਰਫ ਉਹਨਾਂ ਲਵੇ ਸੋਟੀਆਂ ਨੇ, ਨਾ ਕਿ ਉਹ ਕੋਈ ਬੰਬਾਰੀ ਕਰਨ, ਉਹ ਸ਼ਾਂਤਮਈ ਧਰਨਾ ਕਰ ਰਹੇ ਸੀ। ਪਰ ਪੁਲਿਸ ਵੱਲੋਂ ਆ ਕੇ ਪੰਜਾਬ ਦੀ ਹੱਦ ਵਿੱਚ ਜਿਹੜਾ ਹਮਲਾ ਕੀਤਾ ਗਿਆ ਹੈ ਬਹੁਤ ਹੀ ਮਾੜਾ ਹੈ। ਕਿਉਂ, ਕਾਰਨ ਕੀ ਹੋਇਆ? ਕਿਉਂਕਿ ਕਿਸਾਨਾਂ ਵੱਲੋਂ ਇੱਕ ਧੂੰਆਂ ਪਰਾਲੀ ਨੂੰ ਜਲਾਉਣ ਦਾ ਹੋਇਆ ਸੀਗਾ, ਉਸ ਤੋਂ ਬਾਅਦ ਇਹ ਹੋਇਆ ਸਾਰਾ ਕੁਛ? ਹਾਂਜੀ, ਇਹ ਕਿਸਾਨਾਂ ਨੂੰ ਇਹ ਸੀਗਾ ਵੀ ਧੂੰਏ ਨਾਲ ਉਹਨਾਂ ਨੂੰ ਪਿੱਛੇ ਹਟਣਗੇ ਵੀ ਅਸੀਂ ਦਿੱਲੀ ਵੱਲ ਕੂਚ ਕਰਾਂਗੇ, ਪਰ ਉਲਟੋ ਇਸ ਦੇ ਹੋਇਆ। ਉਹਨਾਂ ਨੇ ਖੇਤਾਂ ਵਿੱਚ ਦੀ ਆ ਕੇ ਕਿਸਾਨਾਂ ਦੀ ਫਾਇਰਿੰਗ ਕਰਨੀ, ਅਥਰੂ ਗੈਸ ਦੇ ਗੋਲੇ ਫਾਇਰ ਕਰੇ ਜਾਂ ਹੋਰ ਜਿਹੜੇ ਵੀ ਉਹਨਾਂ ਲਵੇ ਹਥਿਆਰ ਸੀ ਉਹਨਾਂ ਦੁਆਰਾ ਫਾਇਰ ਕੀਤੇ ਗਏ ਨੇ, ਤੇ ਉਹਦੇ ਵਿੱਚ ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ, ਬਹੁਤ ਕਿਸਾਨ ਜ਼ਖਮੀ ਹੋਏ ਨੇ। ਟਰੈਕਟਰ ਟਰਾਲੀਆਂ ਭੰਨੀਆਂ ਗਈਆਂ ਨੇ, ਟੈਂਕੀਆਂ ਖੇਤਾਂ 'ਚ ਉਲਟਾਈਆਂ ਗਈਆਂ ਨੇ, ਕਾਰਾਂ ਦੇ ਸ਼ੀਸ਼ੇ, ਬੋਰਨਰ ਬੈਟਰੀਆਂ ਕੱਟ ਕੇ ਲੈ ਗਏ। ਜੋ ਰਾਸ਼ਨ ਦੀ ਟਰਾਲੀਆਂ ਦੇ ਵਿੱਚ ਜਾਂ ਬਜ਼ੁਰਗ ਬੈਠੇ ਸੀ ਟਰਾਲੀਆਂ ਦੇ ਵਿੱਚ ਉਹਨਾਂ ਨੂੰ ਵੀ ਕੁੱਟਿਆ ਗਿਆ ਹੈ।